ਦੇ ਲੁਟੇਰਿਆਂ ਨੇ ਚਲਾਈਆਂ ਗੋਲੀਆਂ, ਅੱਗੋਂ ਪੁਲਿਸ ਨੇ ਵੀ ਕੱਢੇ ਮੌਕੇ ਤੇ ਫਾਇਰ। ਦੋ ਲੁਟੇਰੇ ਪੁਲਿਸ ਦੀ ਗੋਲੀ ਨਾਲ ਹੋਏ ਜ਼ਖਮੀ। ਤਾਂ ਦੱਸ ਦਈਏ ਕਿ ਲੁੱਟਾ ਖੂਹਾਂ ਅਤੇ ਫਿਰੌਤੀਆਂ ਮੰਗਣ ਵਾਲੇ ਲੁਟੇਰਿਆਂ ਦੀ ਪੁਲਿਸ ਦੇ ਨਾਲ ਮੁੱਠਭੇੜ ਹੋ ਗਈ, ਜਿਸ ਤੋਂ ਬਾਅਦ ਲੁਟੇਰਿਆਂ ਨੇ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਤਾਂ ਪੁਲਿਸ ਨੇ ਵੀ ਕ੍ਰੋਸ ਫਾਇਰਿੰਗ ਕੀਤੀ, ਜਿਸ ਦੇ ਵਿੱਚ ਉਹ ਗੰਭੀਰ ਜ਼ਖਮੀ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਜਲੰਧਰ ਤੋਂ ਇਹ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਪਿਸਤੌਲ ਦੇ ਨਾਲ ਲੈਸ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਸ਼ਖਸ ਨੂੰ ਲੁੱਟਿਆ ਸੀ ਅਤੇ ਹਵਾ ਦੇ ਵਿੱਚ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ ਸੀ। ਉਹਨਾਂ ਦੱਸਿਆ ਕਿ ਅਸੀਂ ਸ਼ਿਕਾਇਤ ਦੇ ਆਧਾਰ ਤੇ ਮੁਕੱਦਮਾ ਦਰਜ ਕਰ ਲਿਆ ਸੀ ਤੇ ਫਿਰ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਤਾਂ ਤਲਾਸ਼ੀ ਦੌਰਾਨ ਪੁਲਿਸ ਨੂੰ ਦੋ ਵਿਅਕਤੀਆਂ ਤੇ ਸ਼ੱਕ ਹੁੰਦਾ। ਤਾਂ ਜਦ ਪੁਲਿਸ ਉਹਨਾਂ ਦੇ ਨੇੜੇ ਪਹੁੰਚਦੀ ਹੈ ਤਾਂ ਇਹ ਸ਼ੱਕੀ ਵਿਅਕਤੀ ਪੁਲਿਸ ਤੇ ਗੋਲੀਆਂ ਚਲਾ ਦਿੰਦੇ ਨੇ, ਜਿਸ ਤੋਂ ਬਾਅਦ ਇੱਕ ਗੋਲੀ ਪੁਲਿਸ ਦੀ ਗੱਡੀ ਦੀ ਵਿੰਡਸ਼ੀਲਡ ਦੇ ਲੱਗਦੀ ਹੈ ਤੇ ਇੱਕ ਅਧਿਕਾਰੀ ਦੀ ਬੁਲੇਟ ਪਰੂਫ ਜੈਕਟ ਦੇ ਵਿੱਚ ਜਾ ਵੱਜਦੀ ਹੈ, ਜਦਕਿ ਇੱਕ ਹੋਰ ਗੋਲੀ ਕਾਰ ਦੀ ਹੈੱਡਲਾਈਟ ਨੂੰ ਨੁਕਸਾਨ ਪਹੁੰਚਾ ਜਾਂਦੀ ਹੈ। ਉਹਨਾਂ ਕਿਹਾ ਕਿ ਸ਼ੱਕੀ ਫਿਰ ਹਨੇਰੇ ਦੀ ਆੜ ਦੇ ਵਿੱਚ ਨੇੜਲੇ ਖਾਲੀ ਪਲਾੜ ਦੇ ਵਿੱਚ ਫਰਾਰ ਹੋ ਜਾਂਦੇ ਨੇ। ਤਾਂ ਪੁਲਿਸ ਦੀਆਂ ਚੇਤਾਵਨੀਆਂ ਦੇ ਬਾਵਜੂਦ ਵੀ ਉਹ ਲਗਾਤਾਰ ਉਹਨਾਂ 'ਤੇ ਗੋਲੀਬਾਰੀ ਕਰਦੇ ਰਹਿੰਦੇ ਨੇ। ਤਾਂ ਕ੍ਰੋਸ ਫਾਇਰਿੰਗ ਦੇ ਦੌਰਾਨ ਇਹ ਦੋਨੇ ਜ਼ਖਮੀ ਹੋ ਜਾਂਦੇ ਨੇ। ਤਾਂ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਇੱਕ 32 ਬੋਰ ਪਿਸਟਲ, ਇੱਕ ਦੇਸੀ ਕੱਟਾ, ਇੱਕ ਕਾਰਤੂਸ ਅਤੇ ਇੱਕ ਖਾਲੀ ਖੋਲ ਹੈ ਜਿਹੜਾ ਉਹ ਬਰਾਮਦ ਕੀਤਾ ਤੇ ਨਾਲ ਹੀ ਮੋਟਰਸਾਈਕਲ ਸਮੇਤ 11,000 ਰੁਪਏ ਦੀ ਨਗਦੀ ਵੀ ਜ਼ਬਤ ਕੀਤੀ ਹੈ। ਇਹ ਅੱਜ ਤੋਂ 5-6 ਦਿਨ ਪਹਿਲਾਂ ਇੱਕ ਵਕੀਲ ਹੈ ਜਲੰਧਰ ਦੇ, ਉੱਥੇ ਪ੍ਰੈਕਟਿਸ ਕਰਦੇ, ਕੋਈ ਕੇਸ ਲੜ ਰਹੇ ਸੀਗੇ ਉਹ, ਤੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਗੇਟ ਤੇ 2 ਰਾਊਂਡ ਫਾਇਰ ਹੋਏ ਸੀਗੇ। ਉਹਦੀ ਗੁੱਥੀ ਜਿਹੜੀ ਹੈ ਕ੍ਰਾਈਮ ਬ੍ਰਾਂਚ ਇੰਚਾਰਜ ਅਤੇ CIA ਇੰਚਾਰਜ ਲੱਗੇ ਹੋਏ ਸੀਗੇ ਅਤੇ 2 ਮੇਨ ਜਿਹੜੇ ਸ਼ੂਟਰ ਸੀਗੇ ਜਿਨ੍ਹਾਂ ਨੇ ਗੋਲੀ ਚਲਾਈ ਸੀਗੀ ਉਹ ਫੜੇ ਗਏ। ਇਹ ਲਾਈਵ ਸਨੈਚਿੰਗ ਕਰ ਰਹੇ ਸੀਗੇ ਬਸਤੀ ਬਾਬਾ ਖਾਲ ਦੇ ਏਰੀਆ 'ਚ, ਇਨਫੋਰਮੇਸ਼ਨ ਕੰਟਰੋਲ ਰੂਮ 'ਚ ਗਈ, ਇਹਨਾਂ ਨੂੰ ਘੇਰਿਆ, ਅੰਧੇਰਾ ਸੀਗਾ ਜਿਸ ਜਗ੍ਹਾ 'ਤੇ, ਤਾਂ ਕਾਫੀ ਕ੍ਰੋਸ ਫਾਇਰਿੰਗ ਹੋਈ। ਇਹ 3 ਦਿਨ ਪਹਿਲਾਂ ਦੀ ਗੱਲ ਹੈ, ਰਾਤ ਦੀ ਕ੍ਰੋਸ ਫਾਇਰਿੰਗ 'ਚ ਕੋਈ 50 ਦੇ ਕਰੀਬ ਗੋਲੀਆਂ ਵੀ ਚੱਲੀਆਂ ਅਤੇ ਇਹ ਦੋਨੋਂ ਵਿਅਕਤੀ ਜ਼ਖਮੀ ਹੋ ਗਏ। 2 ਵੈਪਨ ਇਹਨਾਂ ਦੇ ਪੋਜੀਸ਼ਨ ਤੋਂ ਮਿਲੇ, 1-315 ਬੋਰ ਦਾ ਕੰਟਰੀ ਮੇਡ ਵੈਪਨ ਹੈ ਅਤੇ 32 ਬੋਰ ਦੀ ਇੱਕ ਰਿਵਾਲਵਰ ਹੈ, ਅਤੇ ਇਹਨਾਂ ਵਿੱਚੋਂ ਇੱਕ ਜਿਹੜਾ ਹੈ ਉਹਨੂੰ 2 ਗੋਲੀਆਂ ਲੱਗੀਆਂ, ਪਹਿਲਾਂ ਕ੍ਰਿਟੀਕਲ ਸੀਗਾ ਹੁਣ ਠੀਕ ਹੈ, ਅਤੇ ਇੱਕ ਨੂੰ 1 ਗੋਲੀ ਲੱਗੀ ਹੈ। ਪਹਿਲਾਂ ਵੀ ਇਹਨਾਂ 'ਤੇ 2-3 ਸਨੈਚਿੰਗ ਦੇ ਪਰਚੇ ਹੈ। ਜਦ ਇੰਟਰੋਗੇਸ਼ਨ ਹੋਈ ਇਹਨਾਂ ਦੀ, ਇਨਵੈਸਟੀਗੇਸ਼ਨ ਅੱਗੇ ਚਲੀ, ਉਸ ਤੋਂ ਬਾਅਦ ਇੱਕ ਗੁਰਪਾਲ ਅਲੀਅਸ ਗੋਪਾ ਕਰਕੇ ਵਿਅਕਤੀ ਹੈ, ਕਪੂਰਥਲੇ ਦਾ ਰਹਿਣ ਵਾਲਾ ਹੈ, ਜਿਹੜਾ ਫੋਰਨ 'ਚ ਬੈਠਾ ਹੈ, ਇਹਦੀ ਆਲਮੋਸਟ ਸਾਰੀ ਫੈਮਿਲੀ ਵੀ ਫੋਰਨ ਹੈ। ਇਹਦਾ ਇੱਕ ਹੋਰ ਐਸੋਸੀਏਟ ਹੈ ਸ਼ੁਭਮ, ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ, ਉਹ ਵੀ ਫੋਰਨ ਬੈਠਾ, ਇਹ ਦੋਨੋਂ ਨਾਲ ਰਹਿੰਦੇ ਹੈ। ਇਹਨਾਂ ਨੇ ਇਨ ਦੋਨੋਂ ਵਿਅਕਤੀਆਂ ਨੂੰ ਧਰੁਵ ਅਤੇ ਪਵਨ ਨੂੰ ਸੰਪਰਕ ਕਰਕੇ ਇਹ ਐਗਜੀਕਿਊਟ ਕਰਾਇਆ। ਜਿਹੜਾ ਗੋਪਾ ਹੈ ਉਹਨੇ ਵੈਪਨ ਪ੍ਰੋਵਾਈਡ ਕਰਾਏ ਸੀਗੇ, ਵੈਪਨ ਜਿਹੜੇ ਸੀਗੇ ਉਹ ਸਤਬੀਰ ਅਤੇ ਸਤਿੰਦਰ, ਸਤਿੰਦਰ ਜਿਹੜਾ ਹੈ ਉਹ ਹੁਸ਼ਿਆਰਪੁਰ ਦਾ ਹੈ, ਸਤਬੀਰ ਜਿਹੜਾ ਹੈ ਉਹ ਜਲੰਧਰ ਜ਼ਿਲ੍ਹੇ ਦਾ ਹੈ। ਇਹਨਾਂ ਨੇ ਵੈਪਨ ਪ੍ਰੋਵਾਈਡ ਕਰਾਏ ਸੀਗੇ, ਇਹ ਦੋਨੋਂ ਵੀ ਗ੍ਰਿਫਤਾਰ ਹੋ ਚੁੱਕੇ ਹਨ। ਪਲੱਸ ਇੱਕ ਹੋਰ ਵਿਅਕਤੀ ਹੈ ਜਿਹੜਾ ਸ਼ੁਭਮ ਦਾ ਜਾਣਕਾਰ ਹੈ, ਉਹਦਾ ਨਾਮ ਜਤਿੰਦਰ ਹੈ, ਕਰਤਾਰਪੁਰ ਦਾ ਰਹਿਣ ਵਾਲਾ, 2 ਪਰਚੇ ਪਹਿਲਾਂ ਵੀ ਇਹਦੇ 'ਤੇ, ਇਹਨੇ ਐਮੂਨੇਸ਼ਨ ਪ੍ਰੋਵਾਈਡ ਕਰਾਇਆ ਸੀਗਾ। ਜਦ ਇਹਨੂੰ ਰਾਊਂਡ ਅਪ ਕੀਤਾ, ਇਹਦੇ ਤੋਂ 1 32 ਬੋਰ ਦਾ ਪਿਸਟਲ ਵੀ ਬਰਾਮਦ ਹੋਇਆ। ਟੋਟਲ ਜਿਹੜੀ ਰਿਕਵਰੀ ਉਹ 3 ਵੈਪਨਸ ਦੀ ਹੋ ਗਈ ਅਤੇ 5 ਬੰਦੇ ਗ੍ਰਿਫਤਾਰ ਹੈ, 2 ਜਿਹੜੇ ਬਾਹਰ ਬੈਠੇ ਹੈ ਉਹ ਨੋਮੀਨੇਟਡ ਹੈ, 3 ਹੋਰ ਵਿਅਕਤੀ ਜਿਨ੍ਹਾਂ ਦਾ ਮਾਈਨਰ ਰੋਲ ਵੀ ਹੈ ਉਹ ਵੀ ਨੋਮੀਨੇਟ ਕਰ ਲਏ ਗਏ ਹੈ। ਨਹੀਂ, ਸ਼ੁਭਮ ਬਾਹਰ ਹੈ ਜੀ, ਕੈਨੇਡਾ ਰਹਿ ਰਹੇ ਹੋ।
ਜੀ ਜੀ ਜੀ